ਜਿਹੜੀ ਕਿ ਬੜੀ ਤਰਸਯੋਗ ਹਾਲਤ ਦੇ ਵਿੱਚ ਹੈ ਪੰਜਾਬ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਰੱਖੀ ਗਈ ਹੈ। ਕਾਂਗਰਸ ਪਾਰਟੀ ਨੇ ਕਾਫੀ ਲੰਬੀ ਡੈਲੀਬਰੇਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਆਪਣੀ ਪਾਰਟੀ ਦਾ ਪ੍ਰਧਾਨ ਬਦਲਿਆ। ਹਰ ਪਾਰਟੀ ਦਾ ਹੱਕ ਹੁੰਦਾ, ਪਾਰਟੀ ਦਾ ਇੰਟਰਨਲ ਮੈਟਰ ਹੈ, ਜਿਹਨੂੰ ਵੀ ਕੋਈ ਪਾਰਟੀ ਠੀਕ ਸਮਝੇ ਆਪਣਾ ਪ੍ਰਧਾਨ ਬਣਾਏ। ਇਸ 'ਤੇ ਨਾ ਸਾਨੂੰ ਇਤਰਾਜ਼ ਹੋ ਸਕਦਾ, ਨਾ ਕਿਸੇ ਹੋਰ ਨੂੰ ਇਤਰਾਜ਼ ਹੋ ਸਕਦਾ। ਪਰ ਇਸ ਤਬਦੀਲੀ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਦਿਨ ਲਗਾਤਾਰ ਪੰਜਾਬ ਦੇ ਮੰਤਰੀ ਵੀ, ਕਾਂਗਰਸ ਦੇ ਲੀਡਰ ਵੀ, MLA ਸਾਹਿਬਾਨ ਵੀ ਦਿੱਲੀ ਜਾ ਕੇ ਆਪਣੀ ਹਾਈਕਮਾਂਡ ਨੂੰ ਦੱਸਦੇ ਰਹੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਇੰਨੀ ਮਾੜੀ ਹਾਲਤ ਹੈ ਕਿ ਸਾਡਾ ਇਲੈਕਸ਼ਨ ਦੇ ਵਿੱਚ ਪਿੰਡਾਂ ਦੇ ਵਿੱਚ ਵੜਨਾ ਵੀ ਮੁਸ਼ਕਲ ਹੈ। ਇਸ ਕਰਕੇ ਤੁਸੀਂ ਦੱਸੋ ਕਿ ਅਸੀਂ ਕਿਹੜੇ ਮੂੰਹ ਦੇ ਨਾਲ ਪਿੰਡਾਂ ਦੇ ਵਿੱਚ ਜਾ ਕੇ ਆਪਣਾ ਪੱਖ ਜਿਹੜਾ ਉਹ ਰੱਖੀਏ। ਇਹੋ ਜਿਹੇ ਹਾਲਾਤ ਬਣ ਗਏ ਆ ਕਾਂਗਰਸ ਦੇ ਕਿ ਅਸੀਂ ਲੋਕਾਂ ਕੋਲ ਜਾ ਕੇ ਖੜ੍ਹ ਨਹੀਂ ਸਕਦੇ। ਇਸ ਕਰਕੇ ਮੈਂ ਸਮਝਦਾ ਕਿ ਸਾਰੇ ਜ਼ਿੰਮੇਵਾਰ ਜਰਨਲਿਸਟ ਸਾਥੀ ਬੈਠੇ ਆ, ਇਸ ਤਬਦੀਲੀ ਦੀ ਸਹੀ ਅਨੈਲਿਸਿਸ ਜਿਹੜੀ ਹੈ ਉਹ ਪ੍ਰੋਪਰ ਪੋਲੀਟੀਕਲ ਪਰਸਪੈਕਟਿਵ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦਾ ਸੰਬੰਧ ਜਿਹੜਾ ਸਰਕਾਰ ਦੀ ਕਾਰਗੁਜ਼ਾਰੀ ਦੇ ਨਾਲ ਵੀ ਜੁੜਿਆ ਹੋਇਆ, ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਦੇ ਨਾਲ ਵੀ ਜੁੜਿਆ ਹੋਇਆ। ਜਿਹੜਾ ਬਹੁਤ ਵੱਡਾ ਮੈਨੀਫੈਸਟੋ ਕਾਂਗਰਸ ਪਾਰਟੀ ਨੇ ਜਾਰੀ ਕੀਤਾ ਸੀ, ਉਸ ਵੇਲੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਵੋਟਾਂ ਹਾਸਲ ਕਰਨ ਵਾਸਤੇ, ਉਹਦੇ ਨਾਲ ਵੀ ਜੁੜਿਆ ਹੋਇਆ। ਇਸ ਲਈ ਮੈਂ ਸਾਰੀ ਸਥਿਤੀ ਨੂੰ ਚੰਗੀ ਤਰ੍ਹਾਂ ਘੋਖਣ ਤੋਂ ਬਾਅਦ ਕਹਿ ਸਕਦਾ ਭਈ ਕਾਂਗਰਸ ਪਾਰਟੀ ਦੀ ਜਿਹੜੀ ਹਾਈਕਮਾਂਡ ਹੈ ਉਹਨੇ ਐਕਸੈਪਟ ਕੀਤਾ ਕਿ ਕਾਂਗਰਸ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਸੂਬੇ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ। ਔਰ 4.5 ਸਾਲ ਨਾਲ ਜਿਸ ਤਰੀਕੇ ਉਹਨਾਂ ਨੇ 18 ਨੁਕਤੇ ਪਹਿਲਾਂ ਪੂਰੇ ਕਰਨ ਵਾਸਤੇ ਕਿਹਾ, ਉਹ ਵੀ ਇਨਡਾਇਰੈਕਟ ਤਰੀਕੇ ਦੇ ਨਾਲ ਇਸ ਗੱਲ ਦੀ ਉਹਨਾਂ ਨੇ ਜਿਹੜੀ ਹੈ ਮੰਨਿਆ ਕਿ ਜਿਹੜੇ ਵੱਡੇ ਵਾਅਦੇ ਪੰਜਾਬ ਦੀ ਜਨਤਾ ਦੇ ਨਾਲ ਕੀਤੇ ਸੀ ਉਹਨਾਂ ਦੇ ਵਿੱਚੋਂ ਕੋਈ ਵਾਅਦਾ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ, ਕਾਂਗਰਸ ਦੇ ਪ੍ਰਧਾਨ ਅਤੇ ਸਾਰੀ ਪਾਰਟੀ ਨੇ ਪੂਰਾ ਨਹੀਂ ਕੀਤਾ। ਇਸ ਕਰਕੇ ਜਦੋਂ ਇਹ ਹਾਲਾਤ ਸੀ ਤਾਂ ਚਾਹੀਦਾ ਤਾਂ ਇਹ ਸੀ ਕਿ ਜਿਹੜੀ ਹਾਈਕਮਾਂਡ ਹੈ ਕਾਂਗਰਸ ਪਾਰਟੀ ਦੀ, ਜਿਨ੍ਹਾਂ ਨੇ ਇਹ ਮੈਨੀਫੈਸਟੋ ਜਾਰੀ ਕੀਤਾ ਸੀ, ਆ ਕਲਰਡ ਫੋਟੋ ਬੜੀਆਂ ਸੋਹਣੀਆਂ, ਇਹਦੇ 'ਚ ਸੋਨੀਆ ਗਾਂਧੀ ਦੀ ਵੀ ਫੋਟੋ ਹੈ, ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਵੀ ਫੋਟੋ ਹੈ, ਰਾਹੁਲ ਗਾਂਧੀ ਦੀ ਵੀ ਫੋਟੋ ਹੈ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਫੋਟੋ ਹੈ। ਇਹਨਾਂ ਨੇ ਉਸ ਵੇਲੇ ਪੰਜਾਬ ਨੂੰ ਸਾਰਿਆਂ ਨੇ ਬਹੁਤ ਵੱਡਾ ਭਰੋਸਾ ਜਿਹੜਾ ਉਹ ਮੈਨੀਫੈਸਟੋ ਦੇ ਰਾਹੀਂ ਦਿੱਤਾ ਸੀ। ਹੁਣ ਚਾਹੀਦਾ ਤਾਂ ਇਹ ਸੀ ਕਿ ਪਹਿਲੀ ਗੱਲ ਹੈ ਕਿ ਸਰਕਾਰ ਦੇ ਖਿਲਾਫ ਜਿਹਨੇ ਐਡਾ ਵੱਡਾ ਪੂਅਰ ਪਰਫਾਰਮੈਂਸ ਦਾ ਸਬੂਤ ਦਿੱਤਾ ਉਹਦੇ ਖਿਲਾਫ ਹਾਈਕਮਾਂਡ ਨੇ ਕੀ ਐਕਸ਼ਨ ਕੀਤਾ, ਇਹ ਅਸੀਂ ਕਾਂਗਰਸ ਦੀ ਹਾਈਕਮਾਂਡ ਨੂੰ ਵੀ, ਕਾਂਗਰਸ ਪਾਰਟੀ ਨੂੰ ਵੀ, ਸਾਰਿਆਂ ਨੂੰ ਪੁੱਛਣਾ ਚਾਹੁੰਦੇ। ਔਰ ਦੂਜੀ ਗੱਲ ਕਿ ਕੀ ਜਿਹੜੀ ਇਹ 4.5 ਸਾਲ ਦੀ ਪੂਅਰ ਕਾਰਗੁਜ਼ਾਰੀ ਜਿਹਨੂੰ ਐਡਮਿਟ ਕੀਤਾ ਕਾਂਗਰਸ ਪਾਰਟੀ ਨੇ, ਕੀ ਇਹਦੇ ਵਿੱਚ ਨਵਜੋਤ ਸਿੱਧੂ ਦੀ ਜ਼ਿੰਮੇਵਾਰੀ ਨਹੀਂ ਬਣਦੀ? ਉਹ 2.5 ਸਾਲ ਪੰਜਾਬ ਦੇ ਮੰਤਰੀ ਰਹੇ ਆ, ਕੈਬਨਿਟ ਮੰਤਰੀ ਰਹੇ ਆ, ਕੋਲੈਕਟਿਵ ਰਿਸਪੋਂਸੀਬਿਲਟੀ ਹੁੰਦੀ ਹੈ। ਸਰਕਾਰ ਨੇ ਪਹਿਲਾਂ 100 ਦਿਨ ਦੀ ਝੂਠੀ ਕਾਰਗੁਜ਼ਾਰੀ ਜਾਰੀ ਕੀਤੀ ਸੀ, ਫਿਰ 1 ਸਾਲ ਦੀ ਝੂਠੀ ਕਾਰਗੁਜ਼ਾਰੀ ਜਾਰੀ ਕੀਤੀ ਸੀ, ਫਿਰ 2 ਸਾਲ ਦੀ ਝੂਠੀ ਕਾਰਗੁਜ਼ਾਰੀ ਜਾਰੀ ਕੀਤੀ ਸੀ। ਇਹ ਸਾਰਾ ਸਮਾਂ ਉਸ ਵੇਲੇ ਕੈਬਨਿਟ ਦੇ ਵਿੱਚ ਕੈਬਨਿਟ ਦਾ ਸ਼ਿੰਗਾਰ ਸਰਦਾਰ ਮਨਜੋਤ ਸਿੰਘ ਸਿੱਧੂ ਵੀ ਸੀਗੇ। ਇਸ ਕਰਕੇ ਅੱਧੇ ਸਮੇਂ ਦੇ ਵਿੱਚ ਤਾਂ ਇੱਕ ਕਲੈਕਟਿਵ ਰਿਸਪੋਂਸੀਬਿਲਟੀ ਦੇ ਤੌਰ ਦੇ ਉੱਤੇ ਸਿੱਧੂ ਸਾਹਿਬ ਦਾ ਬੜਾ ਵੱਡਾ ਰੋਲ ਬਣਦਾ। ਉਹ ਸਿੱਧੇ ਤੌਰ ਦੇ ਉੱਤੇ ਜਿਹੜੀ ਹੈ ਐਡਮਿਟ ਕਰਦੇ ਕਿ 2.5 ਸਾਲ ਦਾ ਜਿਹੜਾ ਫੇਲਰ ਹੈ ਕੈਬਨਿਟ ਦਾ, ਉਹਦੇ ਵਿੱਚ ਤਾਂ ਨਵਜੋਤ ਸਿੱਧੂ ਬਰਾਬਰ ਦਾ ਦੋਸ਼ੀ ਹੈ।
और उस तो बाद भी कोई पार्टी छड़ के बाहर नहीं गए। रूलिंग पार्टी दे वो जड़े आ उस तो बाद भी एम एल ए सी और कांग्रेस दड़िया इलैक्शन दूजिया स्टेटा के होंगे रही सूबे जी पार्लीमेंट की इलैक्शन हुई है वो कंपेन के मेन चेहरे रहे कांग्रेस पार्टी के। इस करके मैं पूछना चाहना कि जे कैप्टन अमरिंदर सिंह भी दोषी है बाकी कैबिनेट भी दोषी है तो नवजोत सिंह सिद्धू किमें अपने आप को कह सकते हैं कि ये जी साढ़े चार साल भैड़ी कारगुजारी कांग्रेस पार्टी की जीरो परफॉर्मेंस रही है वो वास्ते नवजोत सिंह सिद्धू जोड़े है वो किमें बच सकते हैं। इस गल का जवाब जोड़ा वो पंजाब की जनता पंजाबी कांग्रेस पार्टी को मंगना चाहते। हूँ मैं समझदा कि पहला इलैक्शन वेले गुटका साहब फड़ के धोखा पंजाब के नाल होया सी ते हुण जिहड़ा एक चेहरा बदल के क्योंकि चेहरे तो असली आया जिन्हां नूं जिम्मेवारी लैनी चाहीदी है इस करके एक चेहरा बदल के ते हुण सारी जिहड़ी पुअर परफॉर्मेंस है जिहड़ी करप्शन है जिहड़ी इहनां दा वर्किंग फेल हुई है पूरी तरह सरकार वो सारे दे उत्ते कवर अप करने की जिहड़ी कोशिश की जा रही है जिहड़ी कि मैं समझदा किसी भी तरीके जिहड़ी है वो संभव नहीं है क्योंकि अज मैं सिद्धू साहब नूं भी कैप्टन साहब नूं भी राहुल गांधी जी नूं भी सोनिया गांधी सारे नूं पुछना चाहुंदा कि पहला ये दसो कि जिहड़ा 90,000 करोड़ का कर्जे का माफ़ी का वादा सी उहदे वास्ते जिम्मेवार कौन क्योंकि हुण तुसीं आप अपने अंकड़िया मुताबिक मानते हो कि 4,600 करोड़ तो अगे नहीं बढ़ सके तो फिर वो वास्ते जिम्मेवार कौन है किसानी के नाल जिहड़ा एड्डा वड्डा विश्वासघात होया इन्नी वड्डी गिनती 1700 के करीब हाले कल गिनती आई सी कि हुण सुसाइड हो गए फिर ये वास्ते जिम्मेवार कौन है पहला तो यदि जिम्मेवारी तो कांग्रेस नूं किसी ना किसी के उत्ते पाउणी पौगी कि कौन जिम्मेवार है। दूजी गल है जिहड़ा नौजवानों के नाल जिहड़ा वड्डा विश्वासघात होया घर घर नौकरियां दा क्योंकि तीन मंत्रियों के बच्चों ते आउट ऑफ द वे 35-35 साल बाद भी डैथ तो कंपैशनेट ग्राउंड के उत्ते तरसते आधार के उत्ते DSP ते तहसीलदारां दीआं नौकरियां ऑफर कीती गई पर पंजाब के नौजवानों के जिहड़ा हैगा उहदे वास्ते कौन जिम्मेवार और जो ड्रग्स की इस वेले हालत है मैं कहने की लोड़ नहीं तुसीं रोज छापदे ये जिहड़ा 4 हफ्तिआं का वादा सी ये सारे जिहड़े मंत्री साहबान सिद्धू साहब के आले दुआले घेर के खड़े आ वो पुरानी वीडियो चला के देख लो गुटका साहब फड़ाउण वेले ते नाल उस वेले जिहड़े खड़न वाले ये सारे ही उत्थे हाजिर सीगे। इस करके की है सारे मंत्री साहबान MLA साहबान ये जिम्मेवारी अपने ते लैणगे कि ये जिहड़ी गल तो फेल हुई है ये सारिआं दा एक कलैक्टिव कांग्रेस का जिहड़ा वो फेल है। इस तरह दलित वर्ग वास्ते की किया इंपलाइज वास्ते की किया व्यापारियों वास्ते की किया इंडस्ट्री वास्ते की किया आ जिहड़ी पावर की एड्डी वड्डी क्राइसिस है इहदे वास्ते कौन जिम्मेवार है जिहड़ा 5600 करोड़ का रेवन्यू लॉस का पिछले चीफ सैकटरी साहब ने रौला पाया से उहदे वास्ते कौन जिम्मेवार है जिहड़े 120 बंदे नजायज़ शराब पी के ते बॉर्डर के 3 जिले च मर गए सी उहदे वास्ते कौन जिम्मेवार है और जिहड़ियां 3 नजायज़ शराब दीआं फैक्ट्रियां फड़ियां गईआं उहदे वास्ते कौन जिम्मेवार है। इस करके ये सारिया चीज़ा मैं नवे प्रधान साहब नूं भी ते कैप्टन साहब नूं भी दोनों नूं पुछदा कि इहदा जवाब कौन दऊगा कि तुसीं तां अपने ढोल वजाले खुशी दे वजाओ कोई सानूं इतराज नहीं पर तुहानूं पता कि तुहाडे ढोल की आवाज़ एक पासे आ रही सी ते सब तो वध जिस केस के उत्ते तुसीं रौला पाया सी कि श्री गुरु ग्रंथ साहब दीआं बेदबियां दा कि सिद्धू साहब तुहानूं पता कि 4 उहदे मुजरम जिहड़े आ उहनां नूं अदालत ने कल जमानत दे दित्ती कि तुहाडा ढोल वजा के नचना एक पासे श्री गुरु ग्रंथ साहब की बेदबी के दोषियों तुहानूं तां सत्ता का नशा तुहानूं नहीं उस गल नूं हुण याद आना पर कल दी डेट दे विच ही 4 दोषियों जिहड़ी आ जमानत जिहड़ी आ मिली आ उहदी जिम्मेवारी कांग्रेस पार्टी दे उत्तों कोई लेगा यही एक मुद्दा सी ना
ਇਹ ਅਸਲੀ ਜਿਹੜਾ ਸੈਕਰਟਰੀ ਦਾ ਇਸ਼ੂ ਸੀ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ, ਇਹ ਉਹ ਕੇਸ ਹੈ। ਇਸ ਤਰੀਕੇ ਦੀ ਕੇਸ ਦੀ ਪੈਰਵੀ ਹੋ ਰਹੀ ਹੈ ਨਾ, ਕਿਉਂਕਿ ਤੁਹਾਨੂੰ ਤਾਂ ਇਹ ਸੀ ਕਿ ਹੁਣ ਇਸ ਇਸ਼ੂ ਦੇ ਉੱਤੇ ਬੜੀ ਰਾਜਨੀਤੀ ਕਰ ਲਈ, ਹੁਣ ਇੱਦਾਂ ਕਰੋ ਕਿ ਕਾਂਗਰਸ ਦਾ ਪ੍ਰਧਾਨ ਬਦਲ ਲਓ ਅਤੇ ਸਾਰੀ ਗੱਲ 'ਤੇ ਕਹੋ ਜੀ ਮਿੱਟੀ ਪਾਓ। ਤੁਸੀਂ ਆਪਣੇ ਅੰਦਰ ਮਿੱਟੀ ਪਾਓ ਨਾ ਪਾਓ, ਤੁਹਾਡੇ ਵਿੱਚੋਂ ਕੋਈ ਕਿਸੇ ਕੋਲੋਂ ਮਾਫ਼ੀ ਮੰਗੇ ਨਾ ਮੰਗੇ, ਉਹ ਸਾਡਾ ਇਸ਼ੂ ਨਹੀਂ ਹੈ। ਤੁਸੀਂ 50 ਵਾਰੀ ਅੱਗੇ ਵੀ ਇੱਕ ਦੂਜੇ ਨੂੰ ਜਲੀਲ ਕੀਤਾ, ਫਿਰ ਇਕੱਠੇ ਬੈਠੇ, ਇਹ ਲੋਕਾਂ ਦਾ ਇਸ਼ੂ ਨਹੀਂ ਹੈ। ਸਾਨੂੰ ਤਾਂ ਇਹ ਦੱਸੋ ਕਿ ਜਿਹੜਾ ਨੁਕਸਾਨ ਹੋਇਆ ਪੰਜਾਬ ਦਾ, ਉਹਦੀ ਜ਼ਿੰਮੇਵਾਰੀ ਕੌਣ ਲਏਗਾ? ਨਾ ਹੁਕਮਰਾਨ ਪਾਰਟੀ ਨੂੰ ਫਿਕਰ, ਨਾ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਬਣੀ ਸੀ ਆਮ ਆਦਮੀ ਪਾਰਟੀ, ਉਹਨੂੰ ਫਿਕਰ। ਉਹਦੇ 8 MLA ਅਤੇ ਸੁਖਨਾ ਇਹਨਾਂ ਦੇ ਨਾਲ ਹੀ ਤੁਰੇ ਫਿਰਦੇ, ਕਿਉਂਕਿ 3 ਤਾਂ ਕੱਲ੍ਹ ਵੀ ਉੱਥੇ ਪਹੁੰਚੇ ਹੋਏ ਸੀ। ਪਰ ਕੇਜਰੀਵਾਲ ਸਾਹਿਬ ਇਹ ਦੱਸਣ ਨੂੰ ਤਿਆਰ ਨਹੀਂ ਵੀ ਉਹਨਾਂ ਦੇ ਖਿਲਾਫ਼ ਐਕਸ਼ਨ ਵਾਸਤੇ ਤੁਸੀਂ ਕੀ ਕਰ ਰਹੇ। ਇੱਕ ਇਹਨਾਂ ਦਾ MLA ਜਿਹੜਾ ਵਾਪਸ ਚਲਾ ਗਿਆ 4 ਸਾਲ ਘੁੰਮ ਕੇ, ਉਹ ਕੱਲ੍ਹ ਕਹੀ ਜਾਂਦਾ ਮੈਂ ਕਾਂਗਰਸ ਗਿਆ ਹੀ ਨਹੀਂ। ਹੁਣ ਦੱਸੋ ਜੇ ਇਹ ਵੀ ਇੰਨਾ ਇੰਨਾ ਝੂਠ ਬੋਲੋਗੇ, ਜਿਹੜੇ ਸਾਰੀ ਪ੍ਰੈਸ ਦੇ ਵਿੱਚ ਤੁਸੀਂ ਸ਼ਾਮਿਲ ਹੋ ਕੇ ਚੰਡੀਗੜ੍ਹ ਦੀ ਪ੍ਰੈਸ ਦੇ ਵਿੱਚ, ਅਤੇ ਫਿਰ ਬੁਕਰੀ ਜਾਂਦੇ ਹੋ ਕਿ ਮੈਂ ਗਿਆ ਨਹੀਂ, ਅਤੇ ਕੇਜਰੀਵਾਲ ਸਾਹਿਬ ਨੂੰ ਵੀ ਦੱਸਣਾ ਪਊਗਾ ਕਿ ਇਹਨਾਂ ਦਾ ਕਾਰਨ ਕੀ ਹੈ, ਔਰ ਤੁਸੀਂ ਕਿਉਂ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਫੇਲ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ, ਪੰਜਾਬ ਨੂੰ ਹਨੇਰੇ ਵੱਲ ਧੱਕਣ ਦੀ ਕੋਸ਼ਿਸ਼ ਕਿਉਂ ਕੀਤੀ? ਹੁਣ ਕੇਜਰੀਵਾਲ ਸਾਹਿਬ ਨੂੰ ਵੀ 4.5 ਸਾਲ ਬਾਅਦ ਅਸੀਂ ਪੁੱਛਦੇ ਹਾਂ ਕਿ SYL ਦੇ ਖਿਲਾਫ਼ ਤੁਸੀਂ ਆਪਣਾ ਐਫੀਡੈਵਿਟ ਜਿਹੜਾ ਕਿਉਂ ਫਾਈਲ ਕੀਤਾ? ਇਸ ਕਰਕੇ ਮੈਨੂੰ ਬੜੀ ਇਸ ਗੱਲ ਦੀ ਮਾਯੂਸੀ ਹੈ ਕਿ ਸਾਰੇ ਜਿਹੜੇ ਆ ਢੋਲ ਢਮੱਕੇ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਭੁਲਾ ਰਹੇ ਆ। ਮੈਂ ਇਹਨਾਂ ਤੋਂ ਜਵਾਬ ਚਾਹੁੰਦਾ ਕਿ ਇਹ ਦੱਸੋ ਕਿ ਪੰਜਾਬ ਕਿੱਥੇ ਆ, ਪੰਜਾਬ ਦੇ ਲੋਕਾਂ ਦੇ ਮਸਲੇ ਕਿੱਥੇ ਆ, ਉਹਨਾਂ ਨੂੰ ਕੌਣ ਹੱਲ ਕਰੂਗਾ? ਇਹ ਤੁਸੀਂ ਜਵਾਬ ਨਹੀਂ ਦੇਣਾ, ਪਰ ਤਿਆਰ ਹੋ ਜਾਓ, ਪੰਜਾਬ ਦੇ ਲੋਕ ਤੁਹਾਨੂੰ ਜਨਤਾ ਦੀ ਕਚਹਿਰੀ ਦੇ ਵਿੱਚ ਸਵਾਲ ਪੁੱਛਣਗੇ ਔਰ ਇਹਦੀ ਸਜ਼ਾ ਤੁਹਾਨੂੰ ਉੱਥੇ ਦੇਣਗੇ। ਦੂਜੀ ਗੱਲ, ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਪਿਛਲੀ ਵਾਰੀ ਵੀ ਪਾਰਲੀਮੈਂਟ ਦੇ ਵਿੱਚ ਬੜੀਆਂ ਕੋਸ਼ਿਸ਼ਾਂ ਕੀਤੀਆਂ ਸੀ, ਸ਼੍ਰੋਮਣੀ ਅਕਾਲੀ ਦਲ ਨੇ ਵੀ ਬੜੀ ਜਿਹੜੀ ਆ ਆਵਾਜ਼ ਉਠਾਈ ਸੀ, ਦੂਸਰੀ ਵਾਰ ਫਿਰ ਕਾਨੂੰਨ ਬੰਦ ਤੋਂ ਬਾਅਦ ਫਿਰ ਪਾਰਲੀਮੈਂਟ ਆ ਗਈ, ਪਰ ਕੇਂਦਰ ਦਾ ਰਵੱਈਆ ਜਿਹੜਾ ਹਾਲੇ ਵੀ ਕਿਸਾਨੀ ਦੇ ਜਿਹੜਾ 3 ਕਾਨੂੰਨਾਂ ਨੂੰ ਲੈ ਕੇ ਉਹ ਹਾਲੇ ਟਸ ਤੋਂ ਬਸ ਨਹੀਂ ਹੋਏ। ਇਹ ਜਿਹੜਾ ਤਾਨਾਸ਼ਾਹੀ ਰਵੱਈਆ, ਇਹ ਮੈਂ ਬੇਨਤੀ ਕਰਦਾ ਕੇਂਦਰ ਸਰਕਾਰ ਨੂੰ ਉਹ ਚੇਂਜ ਕਰਨਾ ਚਾਹੀਦਾ, ਕਿਉਂਕਿ ਖੇਤੀ ਰਾਜਾਂ ਦਾ ਵਿਸ਼ਾ। ਇਸ ਕਰਕੇ ਵਾਰ ਵਾਰ ਇਸ ਤਰ੍ਹਾਂ ਦੇ ਬੇਤੁਕੇ ਬਿਆਨ ਦੇਈ ਜਾਣਾ ਕਿ ਅਸੀਂ ਗੱਲਬਾਤ ਨੂੰ ਤਿਆਰ ਹਾਂ, ਜੇ ਤਿਆਰ ਹੋ ਤਾਂ ਤੁਸੀਂ ਸ਼ਰਤਾਂ ਕਿਉਂ ਰੱਖ ਰਹੇ? ਤੁਸੀਂ ਪਾਰਲੀਮੈਂਟ ਦੇ ਵਿੱਚ ਅਸੀਂ ਅਡਜਰਨਮੈਂਟ ਮੋਸ਼ਨ ਦਿੱਤਾ ਸੀ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ, ਸਾਡੇ ਸਾਰੇ MP ਸਾਹਿਬਾਨ ਬੀਬਾ ਹਰਸਿਮਰਤ ਕੌਰ, ਭੁੰਦੜ ਸਾਹਿਬ, ਨਰੇਸ਼ ਗੁਜਰਾਲ ਜੀ, ਸਾਰੇ ਦੂਜੀਆਂ ਪਾਰਟੀਆਂ ਦੇ ਵੀ MP ਸਾਹਿਬਾਨ ਉੱਥੇ ਪ੍ਰੋਟੈਸਟ ਕਰ ਰਹੇ ਆ, ਪਰ ਤੁਸੀਂ ਡਿਸਕਸ਼ਨ ਵਾਸਤੇ ਵੀ ਉੱਥੇ ਸਮਾਂ ਨਹੀਂ ਰੱਖਿਆ। ਕਿ ਇਸ ਤਰੀਕੇ ਦੇਸ਼ ਚੱਲੇਗਾ ਕਿ ਰਾਜਾਂ ਦੇ ਵਿਸ਼ੇ ਦੇ ਉੱਤੇ ਸਾਰੇ ਫੈਡਰਲਿਜ਼ਮ ਦੇ ਸਟਰਕਚਰ ਨੂੰ ਤਬਾਹ ਕਰਕੇ ਪਹਿਲਾਂ ਤੁਸੀਂ ਜਿਹੜਾ ਹੈਗਾ ਖੇਤੀ ਦੇ 3 ਕਾਨੂੰਨ ਲਿਆਂਦੇ, ਫਿਰ ਤੁਸੀਂ ਅੱਗੋਂ ਬਿਜਲੀ ਦਾ ਬਿੱਲ ਵੀ ਜਿਹੜਾ ਉਹ ਵੀ ਫੈਡਰਲਿਜ਼ਮ ਦੇ ਸਿਧਾਂਤ ਦੇ ਅਗੇਂਸਟ ਲਿਆਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਹੋ, ਅਤੇ ਇਹਦੇ ਨਾਲ ਜੋ ਨੁਕਸਾਨ ਹੋ ਰਿਹਾ ਦੇਸ਼ ਦਾ, ਇਹਦੇ ਬਾਰੇ ਕੇਂਦਰ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ। ਇਸ ਕਰਕੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਥੋੜ੍ਹਾ ਜਿਹਾ ਤਹੱਬਲ ਤੋਂ ਕੰਮ ਲੈਣਾ ਚਾਹੀਦਾ, ਬਿਨਾਂ ਸ਼ਰਤ ਕਿਸਾਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਇੰਨੀ ਗਰਮੀ ਵੀ ਚੱਲ ਰਹੀ ਹੈ, ਪਹਿਲਾਂ ਸਰਦੀ ਵੀ ਉਹਨਾਂ ਨੇ ਹੰਡਾਈ, ਕਿੰਨੇ ਤਸ਼ੱਦਦ ਵੀ ਉਹਨਾਂ ਦੇ ਉੱਤੇ ਹੋਏ, ਪਰ ਹਾਲੇ ਵੀ ਜਿਹੜੀ ਕੇਂਦਰ ਸਰਕਾਰ ਐਡਮਿੰਟ ਹੈ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਉਹਨਾਂ ਦੇ ਕਾਨੂੰਨ 3 ਵਾਪਸ ਕਰਨੇ ਚਾਹੀਦੇ।